ਇਸ ਕਰਕੇ ਲੀਡਰਾਂ ਦੀ ਆਪਣੀ ਲੜਾਈ ਹੈ। ਜਿਹੜਾ ਵੱਧ ਚਮਚਾਗਿਰੀ ਕਰਦਾ ਇਹ ਤਾਂ ਬਾਕੀ ਦਾ ਫਤਵਾ ਤਾਂ ਹੁਣ ਲੋਕ ਦੇਣ। ਇਸ ਕਰਕੇ ਮੇਰੀ ਅਪੀਲ ਹੈ ਕਾਂਗਰਸ ਵਰਕਰਾਂ ਦੀ, ਮੇਰੀ ਆਵਾਜ਼ ਵਰਕਰਾਂ ਦੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋਂ ਨੇ ਇੱਕ ਵਾਰ ਫਿਰ ਆਪਣੇ ਲੈਟਰ ਬੰਬ ਨਾਲ ਕਾਂਗਰਸ ਵਿੱਚ ਹਲਚਲ ਮਚਾ ਦਿੱਤੀ ਹੈ। ਦੁੱਲੋਂ ਨੇ ਪਾਰਟੀ ਹਾਈਕਮਾਂਡ ਨੂੰ ਪੱਤਰ ਲਿਖੇ ਪੰਜਾਬ 'ਚ ਟਿਕਟਾਂ ਦੀ ਵੰਡ 'ਤੇ ਸਵਾਲ ਉਠਾਏ ਹਨ। ਉਹਨਾਂ ਨੇ ਦੂਸਰੀਆਂ ਪਾਰਟੀਆਂ 'ਚ ਆਏ ਆਗੂਆਂ 'ਤੇ ਭਰੋਸਾ ਦਿਖਾਉਣ 'ਤੇ ਇਤਰਾਜ਼ ਜਤਾਇਆ ਹੈ ਅਤੇ ਟਕਸਾਲੀ ਕਾਂਗਰਸੀਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਇਆ। ਦੁੱਲੋਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਚੋਣ ਲੜਾਉਣ 'ਤੇ ਸਵਾਲ ਚੁੱਕੇ। ਫਤਿਹਗੜ੍ਹ ਸਾਹਿਬ ਦਾ ਮੌਜੂਦਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਅਤੇ ਹੋਰ ਕਈ ਆਗੂ ਵੀ ਦੁੱਲੋਂ ਦੇ ਨਿਸ਼ਾਨੇ 'ਤੇ ਰਹੇ ਅਤੇ ਉਹਨਾਂ ਪੰਜਾਬ ਕਾਂਗਰਸ 'ਤੇ ਹਮਲਾ ਕਰਦੇ ਕਿਹਾ ਕਿ ਪੰਜਾਬ 'ਚ ਵੀ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਗੁਪਤ ਸਮਝੌਤਾ ਹੋਇਆ ਹੋਏ ਤਾਂ ਹੀ ਤਾਂ ਕਈ ਲੋਕ ਸਭਾ ਹਲਕਾ 'ਚ ਮਾੜੇ ਕੈਂਡੀਡੇਟ ਦਿੱਤੇ ਹਨ। ਲੈਟਰ ਹਾਈਕਮਾਂਡ ਨੂੰ ਲਿਖਿਆ ਸੀ ਕਿ ਜਿਹੜੇ ਟ੍ਰੈਡੀਸ਼ਨਲ ਕਾਂਗਰਸਮੈਨ ਨੇ ਜਿਨ੍ਹਾਂ ਨੇ ਈਵਨ ਮਿਲੀਟੈਂਸੀ ਦਾ ਜ਼ਮਾਨਾ ਵੀ ਦੇਖਿਆ, ਐਂ ਕਾਲਾ ਦੌਰ ਵੀ ਦੇਖਿਆ, ਜੀ ਕਾਂਗਰਸ ਢਹਿਦੀ ਕਲਾ 'ਚ ਜਿਨ੍ਹਾਂ ਨੇ ਦੇਖੀ ਜਦੋਂ ਕਿ ਕਾਂਗਰਸ ਦਾ ਕੋਈ ਝੰਡਾ ਨਹੀਂ ਚੱਕਣ ਨੂੰ ਤਿਆਰ ਸੀ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ, ਜਦੋਂ ਪੰਜਾਬ ਦੇ ਵਿੱਚ 26,000 ਲੋਕਾਂ ਦੇ ਕਤਲ ਹੋਏ, ਉਸ ਸਮੇਂ ਕਾਂਗਰਸ ਦੇ ਲੀਡਰਾਂ ਨੇ ਕੁਰਬਾਨੀਆਂ ਵੀ ਦਿੱਤੀਆਂ। ਕਾਂਗਰਸ ਦੇ 1600 ਦੇ ਕਰੀਬ ਲੀਡਰ ਮਾਰੇ ਗਏ। ਅੱਜ ਉਹ ਜਿਹੜੇ ਟ੍ਰੈਡੀਸ਼ਨਲ ਪਰਿਵਾਰ ਨੇ ਜਿਹੜੇ ਕਿ ਕਾਂਗਰਸ ਜਿਨ੍ਹਾਂ ਨੇ ਖੜੀ ਕੀਤੀ, ਜਿਨ੍ਹਾਂ ਨੇ ਦੁਬਾਰਾ ਰਿਵਾਈਵ ਕੀਤੀ ਕਾਂਗਰਸ, ਉਹ ਪਰਿਵਾਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ। ਔਰ ਉਹ ਲੋਕ ਜਿਹੜੇ ਕਾਫੀ ਉਹ ਲੋਕ ਆ ਐਂਟਰ ਕਰ ਗਏ ਕੈਪਟਨ ਅਮਰਿੰਦਰ ਸਿੰਘ ਦੇ ਜ਼ਮਾਨੇ ਤੋਂ, ਜਿਹੜੇ ਕਿਸੇ ਟਾਈਮ ਪੰਜਾਬ 'ਚ ਮਿਲੀਟੈਂਸੀ ਦੀ ਸਪੋਰਟ ਕਰਦੇ ਤੇ, ਖਾਲਿਸਤਾਨ ਦੀ ਡਿਮਾਂਡ ਕਰਦੇ ਤੇ, ਖਾਲਿਸਤਾਨ ਦੇ ਨਾਂ ਦੇ ਉੱਤੇ ਚੋਣਾਂ ਲੜਦੇ ਰਹੇ, ਉਹ ਕਾਂਗਰਸ 'ਚ ਐਂਟਰ ਕਰਕੇ ਕਾਂਗਰਸ ਦੇ ਵਿੱਚ ਉਹਨਾਂ ਨੇ ਕਾਂਗਰਸ ਦਾ ਐਟਮੋਸਫੀਅਰ ਖਰਾਬ ਕਰਤਾ। ਉਸ ਟਾਈਮ ਵੀ ਮੈਂ ਵਿਰੋਧ ਕਰਦਾ ਰਿਹਾ, ਐਸੀ ਗੱਲ ਨਹੀਂ ਹੈ, ਰਿਪੀਟਡਲੀ 14 ਤੋਂ ਮੈਂ ਆਪਣੇ ਬਾਈ ਰਾਈਟਿੰਗ ਪਰਸਨਲ ਲੈਵਲ 'ਤੇ ਕਹਿੰਦਾ ਰਿਹਾ। ਅੱਗ ਉਹਨਾਂ ਚੀਜ਼ਾਂ 'ਤੇ ਮੈਂ ਕਹਿ ਸਕਦਾ ਕਿ ਜੇ ਸਾਡੀ ਲੀਡਰਸ਼ਿਪ ਇਸ ਗੱਲ 'ਤੇ ਕੋਈ ਗੌਰ ਕਰਦੀ ਤਾਂ ਅੱਜ ਕਾਂਗਰਸ ਨੂੰ ਪੰਜਾਬ 'ਚ ਦਿਨ ਨਹੀਂ ਦੇਖਣੇ ਪੈਣੇ। ਪਿਛਲੀ ਸਰਕਾਰ ਦੇ ਵਿੱਚ ਵੀ ਮੈਂ ਬੜੇ ਇਸ਼ੂ ਚੱਕੇ, ਖਾਸ ਤੌਰ 'ਤੇ ਮਜੋਰਟੀ ਜਿਹੜੇ ਗਰੀਬ SC OBC ਗਰੀਬ ਜੱਟ ਜਿਹੜਾ ਨੌਨ ਜਿਹੜਾ ਜ਼ਮੀਨ ਲੈਂਡਲੈਸ ਹੈ ਜੀ, ਦਿਹਾੜੀ ਜੋ ਉੱਤੇ ਕਰਦੇ ਨੇ ਜੱਟ ਵੀ, ਅੱਜ ਕੱਲ੍ਹ ਸ਼ਰੂ ਕਾਸਟਾਂ ਵਰਗ ਗਈਆਂ, ਜ਼ਮੀਨ ਵਾਲੇ ਵੀ ਘੱਟੇ ਆ, ਬਹੁਤ ਥੋੜ੍ਹੇ ਰਹਿ ਗਏ ਨੇ, ਪਰ ਇਹਨਾਂ ਦੇ ਇਸ਼ੂ ਵੀ ਚੱਕਦੇ ਰਹੇ ਹੈ। ਪਰ ਜਿਹੜਾ ਪਿਛਲੀ ਸਰਕਾਰ ਸੀ, ਤੁਹਾਨੂੰ ਵੀ ਮੀਡੀਆ ਵੀ ਤੁਹਾਨੂੰ ਮੈਂ ਇੰਟਰਵਿਊਆਂ ਬਹੁਤ ਦਿੰਦਾ ਰਿਹਾ, MP MLA ਦੀਆਂ ਮੀਟਿੰਗਾਂ 'ਚ ਵੀ ਸਾਰੇ MP MLA ਸਕੋਲਰਸ਼ਿਪ ਦਾ ਇਸ਼ੂ ਹੋਇਆ, ਗੈਰ ਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਹੈ ਜੀ, ਡਰੱਗ ਵਿਕਦਾ ਰਿਹਾ, ਨਸ਼ੇ ਵਿਕਦੇ ਰਹੇ, ਮਾਈਨ ਦਾ ਕੰਮ ਚੱਲਦਾ ਰਿਹਾ, ਗੈਰ ਕਾਨੂੰਨੀ ਲੈਣ ਜ਼ਮੀਨਾਂ ਦੇ ਕਬਜ਼ੇ, ਯਾਨੀ ਕਈ ਤਰ੍ਹਾਂ ਦਾ ਮਾਫੀਆ ਪੰਜਾਬ 'ਚ ਪਿਛਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ 'ਚ ਚੱਲਦਾ ਰਿਹਾ।
ਉਦੋਂ ਮੈਂ ਹਰ ਮੀਟਿੰਗ 'ਚ, ਚਾਹੇ MLA MP ਦੀ ਮੀਟਿੰਗ ਹੈ, ਇੱਥੇ ਵੀ ਰੇਜ਼ ਕੀਤਾ, ਰਾਜਾ ਸਭਾ 'ਚ ਵੀ ਕਰਦਾ ਰਿਹਾ, ਹਾਈ ਕਮਾਂਡ ਨੂੰ ਵੀ ਦੱਸਦਾ ਰਿਹਾ। ਪਰ ਅਫਸੋਸ, ਉਦੋਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸੀ ਉਸ ਸਮੇਂ ਦੇ, ਹੁਣ ਜਿਹੜੇ ਮੌਜੂਦਾ ਹੈਗੇ ਵੀ, ਔਰ ਜਿਹੜੇ ਐਕਸ ਮਿਨਿਸਟਰ MLA, ਖਾਸ ਤੌਰ 'ਤੇ ਸਾਡੇ ਵਰਗ ਦੇ, ਕੋਈ ਨਹੀਂ ਕਿਸੇ ਵੀ ਇਸ਼ੂ ਦਾ, ਚਾਹੇ ਉਹ ਮੰਤਰੀ 'ਤੇ, ਚਾਹੇ ਉਹ MP 'ਤੇ, ਸਕਾਲਰਸ਼ਿਪ ਇਸ਼ੂ 'ਤੇ ਨਹੀਂ ਕੋਈ ਬੋਲਦੇ ਆ, ਕੋਈ ਗੈਰ ਕਾਨੂੰਨੀ ਸ਼ਰਾਬ ਦੀਆਂ ਭੱਠਾਂ ਫੈਕਟਰੀਆਂ ਚੱਲਣ ਨਾਲ ਜਿਹੜੇ ਲੋਕ ਮਾਰੇ ਗਏ, 114 ਮਰੇ, 340 ਦੇ ਕਰੀਬ ਹੋਸਪਿਟਲਾਈਜ਼ ਹੋਏ, ਕਿਡਨੀਆਂ ਫੇਲ ਹੋਈਆਂ, ਅੱਖਾਂ ਗਈਆਂ, ਇਹ ਇਸ਼ੂ 'ਤੇ ਜਿਹੜੀ SC-ਆਂ ਦੇ ਸੀ, ਜ਼ਮੀਨਾਂ ਦੇ 5 ਮਰਲਿਆਂ ਦੇ ਪਲਾਟ ਹੈ ਜੀ, ਨੌਕਰੀਆਂ ਦਾ ਸਵਾਲ ਸੀ, ਇਹ ਕਿਉਂਕਿ ਪਿਛਲੇ 5-7 ਸਾਲਾਂ 'ਚ ਨੌਕਰੀ ਵੀ ਦਿੱਤੀ ਨਹੀਂ ਗਈ ਸਾਡੀ ਕੈਪਟਨ ਸਰਕਾਰ 'ਚ, ਈਵਨ ਕੰਟਰੋਲ ਜਿਹੜਾ ਠੇਕੇਦਾਰੀ ਸਿਸਟਮ ਸੀ ਉਹਦੇ ਵੀ ਅਸੀਂ ਵਿਰੋਧ ਕੀਤਾ। ਪਰ ਅਫਸੋਸ ਹੈ ਕਿ ਸਾਡੇ ਜਿਹੜੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ 34 ਬੰਦੇ, ਅਸੀਂ ਦੂਜਿਆਂ ਨੂੰ ਵੀ ਦੋਸ਼ ਦਿੰਦੇ ਹਾਂ, ਪਰ ਜਿਹੜੇ ਰਿਜ਼ਰਵੇਸ਼ਨ ਦੇ ਤੌਰ 'ਤੇ ਜਿੱਤ ਕੇ MLA MP ਬਣਦੇ ਨੇ, ਉਹ ਗਰੀਬਾਂ ਦੇ ਸਿਰਫ ਸਰਟੀਫਿਕੇਟ, MLA MP ਲਈ ਸਰਟੀਫਿਕੇਟ ਦੀ ਜ਼ਰੂਰਤ ਹੈ, ਬਾਕੀ ਮੈਂ ਸਮਝਦਾ ਉਹਨਾਂ ਨੇ ਆਪਣੀ ਟਨਿਓਰ ਦੇ ਵਿੱਚ ਕੋਈ ਇਸ਼ੂ ਚੱਕੇ ਨਹੀਂ ਹੈ। ਇਹ ਸਮਾਜ ਦੇ ਨਾਲ ਧੋਖਾ ਕੀਤਾ, ਡਾਕਟਰ ਬਾਬਾ ਸਾਹਿਬ ਅੰਬੇਦਕਰ ਨਾਲ ਵੀ ਉਹ ਧੋਖਾ ਕਰਦੇ ਰਹੇ। ਔਰ ਜਿੱਥੋਂ ਤੱਕ ਮੈਂ ਲੈਟਰ ਦੀ ਗੱਲ ਕੀਤੀ ਹੈ ਕਿ ਇਹਨਾਂ ਨੇ 12 ਟਿਕਟਾਂ ਇਸ ਟਾਈਮ ਅਨਾਊਂਸ ਕੀਤੀਆਂ ਨੇ, ਕੈਂਡੀਡੇਟ ਅਨਾਊਂਸ ਕੀਤੇ ਨੇ, 12 ਚੋਂ ਮੈਂ ਕਹਿ ਸਕਦਾ ਕਿ 7 ਇਹੋ ਜਿਹੇ ਬੰਦੇ ਨੇ ਜਿਹੜੇ ਨੇ ਪਾਰਟੀਆਂ ਬਦਲੀਆਂ, ਕਈ ਵਾਰੀ ਬਦਲ ਕੇ ਆਏ, ਕਾਂਗਰਸ 'ਚ ਚਲੇ ਗਏ, ਆਏ ਚਲੇ ਗਏ, ਇਹ ਸਿਰਫ 4-5 ਬੰਦੇ ਨੇ ਜਿਹੜੇ ਕਿ ਟ੍ਰੈਡੀਸ਼ਨ ਫੈਮਿਲੀਆਂ 'ਚੋਂ ਆਏ ਹੋਏ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਬਲੱਡ 'ਚ ਕਾਂਗਰਸ ਹੈ। 7 ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦਾ ਪਿਛੋਕੜ ਦੂਸਰੀਆਂ ਪਾਰਟੀਆਂ 'ਚ ਬਦਲ ਕੇ, ਅਪਰਚੁਨਿਸਟ ਕਹਿ ਦਿਓ ਉਹਨਾਂ ਨੂੰ, ਔਰ ਉਹ ਲੋਕ ਨੇ ਜਿਹਨਾਂ ਨੇ ਆ ਕੇ ਇਹ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ। ਡਿਮਾਂਡ ਕੀ ਕੀਤੀ ਗਈ ਲੈਟਰ ਨਹੀਂ, ਮੈਂ ਇਹ ਕੀਤਾ ਵੀ ਜਿਹੜੇ ਜਦੋਂ ਤੁਹਾਡੇ ਕੋਲ, ਦੇਖੋ ਜਿੱਤ ਹਰ ਕਰਮਾਂ ਦੀ ਹੈ, ਕੋਈ ਗਰੰਟੀ ਲੈ ਕੇ ਦੀਆਂ ਵੀ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਜਿੱਤਣੀਆਂ, ਕਿਸੇ ਨੂੰ ਇਗਨੋਰ ਕਰ ਦੇਣਾ, ਜਿਹੜਾ ਪੁਰਾਣਾ ਕਾਂਗਰਸੀ ਹੈ, ਜਿਹੜੇ ਲੋਇਰ ਰਹੇ ਨੇ, ਉਹਨਾਂ ਦਾ ਕਸੂਰ ਇਹੀ ਹੈ ਵੀ ਉਹ ਕਾਂਗਰਸ 'ਚੋਂ ਇੱਧਰ ਉੱਧਰ ਨਹੀਂ ਹੋਏ, ਪਾਪੂਲਰ ਹੈ, ਸਰਵੇ ਵੀ ਉਹਨਾਂ ਦੇ ਹੱਕ 'ਚ ਹੈ, ਸਰਵੇ ਵੀ ਫਰਾਡੂਲੈਂਟ ਹੈ। ਹੁਣ ਕਈ ਟਿਕਟਾਂ ਕਈ ਵਾਰੀ ਕਹਿ ਦਿੰਦੇ ਜੀ ਹਲਕਾ ਇੰਚਾਰਜ ਖਿਲਾਫ਼ ਤੇ, ਜੇ ਕਈ ਜਗ੍ਹਾ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਉਹ ਹਲਕਾ ਇੰਚਾਰਜ ਵਿਰੋਧ ਕਰਦੇ ਨੇ, ਉੱਥੇ ਕਿਉਂ ਦੇ ਤੀਆਂ? ਫਿਰ ਇਹ ਪਿੱਕ ਐਂਡ ਚੂਜ਼ ਕੀਤੀ ਹੈ, ਔਰ ਉਹ ਅਰਬਾਂਪਤੀ ਲੋਕ ਨੇ ਜੀ ਜਿਹੜੇ ਕੁਛ ਬੰਦੇ ਹੈਗੇ ਨੇ ਜੀ ਕਹਿ ਸਕਦੇ ਹਾਂ, ਪਰ ਜਦੋਂ ਤੁਸੀਂ ਟਿਕਟਾਂ ਬੰਦੇ ਦੀ ਲਾਈਕਿੰਗ 'ਤੇ ਦੇਖਣੀਆਂ ਹੈ, ਤੁਸੀਂ ਫਿਰ ਪਾਰਟੀ 'ਚ ਕਿਵੇਂ ਖੜੂ, ਸਟੈਂਡ ਕਿਵੇਂ ਕਰੂਗੀ? ਜਦੋਂ ਅਸੀਂ ਵਰਕਰ ਨੂੰ ਇਗਨੋਰ ਕਰਾਂਗੇ, ਜਿਹੜੇ ਤੁਹਾਡੇ 50-60 ਸਾਲ ਜਿਹਨਾਂ ਨੇ ਮਾੜੇ ਸਮੇਂ 'ਚ ਸਾਥ ਦਿੱਤਾ, ਉਹ ਜਿੱਤ ਹਰ ਕਰਮਾਂ ਦੀ ਗੱਲ ਹੈ, ਪਰ ਉਹ ਪਾਪੂਲਰ ਨੇ, ਲੋਕ ਉਹਨਾਂ ਨੂੰ ਚਾਹੁੰਦੇ ਨੇ, ਲੋਕ ਪਿਆਰ ਕਰਦੇ ਨੇ, ਇਹੋ ਜਿਹੇ ਜਾਂ ਤੁਹਾਡੇ ਕੋਲ ਅਵੇਲੇਬਲ ਨੇ, ਸੀਨੀਅਰ ਲੀਡਰ ਹੈਗੇ ਨੇ। ਇੱਕ ਪਾਸੇ ਤੁਸੀਂ ਪਹਿਲਾਂ ਗੱਲ ਚਲਾਈ ਗਈ
ਕਿ ਅਸੀਂ ਸੀਨੀਅਰ ਲੀਡਰ ਲੜਾਉਣੀ ਆ। ਜਦੋਂ ਕਾਂਗਰਸ ਦਾ ਭੰਡਾਰ ਲੜਾ ਤਾ, ਸੁੱਖੀ ਰੰਧਾਵਾ ਜੀ ਲੜਾ ਤੇ, ਹੈ ਜੀ ਟਕਸਾਲੀ ਨੇ, ਟਰੈਡੀਸ਼ਨਲ ਕਾਂਗਰਸਮੈਨ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ, ਉਹ ਲੜਾਏ ਨੇ। ਫਿਰ ਬਾਕੀ ਸੀਨੀਅਰ, ਫਿਰ ਤੁਸੀਂ ਡੈਪੂ ਜਿਹੜੇ ਦਲ ਬਦਲੂ ਲਿਆਉਂਦੇ ਨੇ, ਕਿਉਂ ਲਿਆਉਂਦੇ ਨੇ? ਮੈਨੂੰ ਡਾਊਟ ਵੀ ਪੈਂਦਾ ਕਿ ਜਿਹੜੇ ਆਹ ਕਈ ਸੀਟਾਂ 'ਤੇ ਮਾੜੇ ਕੈਂਡੀਡੇਟ ਦਿੱਤੇ ਨੇ, ਇਹ ਜਿਹੜਾ ਸੀਕਰਟ ਵੈਸੇ ਨਹੀਂ ਅਲਾਇੰਸ ਹੋਇਆ ਪੰਜਾਬ 'ਚ, ਇਹ ਜਿਹੜਾ ਸੀਕਰਟ ਅਲਾਇੰਸ ਤਾਂ ਨਹੀਂ ਕਿਤੇ ਵੀ ਜਾਣ ਕੇ ਖੜ੍ਹੇ ਇਹੋ ਜਿਹੇ ਕਰ ਦਿਓ ਵੀ ਉਹ ਦੂਸਰੀ ਪਾਰਟੀ ਨੂੰ ਫਾਇਦਾ ਹੋ ਜਾਵੇ, ਇਹ ਵੀ ਹੋ ਸਕਦਾ। ਤੁਹਾਡੀ ਆਪਣੀ ਫਤਿਹਗੜ੍ਹ ਸਾਹਿਬ ਸੀਟ ਹੈ, ਇੱਥੇ ਤੁਸੀਂ ਰਿਹਾਇਸ਼ ਵੀ ਆ ਅਤੇ ਕਰਮ ਭੂਮੀ ਵੀ ਆ, ਇੱਥੇ ਕੀ ਲੱਗਦਾ ਤੁਹਾਨੂੰ, ਕਿਉਂਕਿ ਸਰਵੇ ਦਾ ਆਊਟ ਸੀਗਾ ਜੀ? ਦੇਖੋ ਗੱਲ ਇਹ ਨਹੀਂ ਹੈ, ਗੱਲ ਮੇਰਾ ਸਵਾਲ ਨਹੀਂ ਹੈ, ਅਸੀਂ ਤਾਂ ਜਾਣ ਤੇ ਹਥੇਲੀ ਤੇ ਰੱਖ ਕੇ ਕਾਂਗਰਸ ਨਾਲ ਖੜੇ ਰਹੇ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ, ਪਹਿਲੀ ਮਈ ਲੰਘ ਕੇ ਗਈ ਹੈ, 1985 ਨੂੰ ਪਹਿਲੀ ਮਈ ਨੂੰ ਕਾਂਗਰਸ ਦੇ ਦਫ਼ਤਰ 'ਚ, ਜਿਹੜਾ ਮੇਰਾ ਦਫ਼ਤਰ ਸੀ, ਉੱਥੇ ਮਿਲੀਟੈਂਟ ਨੇ ਅਟੈਕ ਕੀਤਾ, 4 ਬੰਦੇ ਮਰੇ, ਫਟੜ ਹੋਏ ਸੀਰੀਅਸ, 1 ਬੰਦਾ ਮਰਿਆ, ਕੁਛ ਜ਼ਖਮੀ ਹੋਏ, ਮੈਂ ਬਚਿਆ, 3 ਅਟੈਂਪਟ 'ਚ ਤਾਂ ਮੈਂ ਬਚਿਆ, ਇਹੋ ਜਿਹੇ ਮੇਰੇ ਵਰਗੇ ਬਹੁਤ ਸਨ। ਪਰ ਉਹ ਜਿਹੜੇ ਹੁਣ KP ਸਾਹਿਬ ਲਾ ਲਓ, KP ਸਾਹਿਬ ਦਾ ਫਾਦਰ ਅੱਤਵਾਦੀਆਂ ਨੇ ਮਾਰਿਆ ਜਲੰਧਰ ਦੇ ਵਿੱਚ, ਤਲੋਚਨ ਸਿੰਘ ਸੂੰਡ, ਦਰਸ਼ਨ ਸਿੰਘ KP ਉਹਦਾ ਫਾਦਰ ਸੀ, ਤਲੋਚਨ ਜਿਹੜਾ ਬੰਗਿਆਂ ਤੋਂ ਲੜਦਾ ਹੈ, ਉਹਦੇ ਪਿਤਾ ਜੀ ਚੌਧਰੀ ਜਗਤ ਰਾਮ, ਉਹ ਵੀ ਅੱਤਵਾਦ ਫਗਵਾੜੇ 'ਚ ਮਾਰਿਆ ਗਿਆ, ਇਹੋ ਜਿਹੇ ਬਹੁਤ ਹੈ, ਪੈਰਾ ਰਾਮ ਧਨੋਵਾਲੀ ਮਾਰੇ ਗਏ। ਹੁਸ਼ਿਆਰਪੁਰ ਦੇ ਵਿੱਚ ਚਲੇ ਜਾਓ, ਚੌਧਰੀ ਸੁੰਦਰ ਸਿੰਘ ਦਾ ਪਰਿਵਾਰ ਹੈ, ਇਹ ਜਿਹੜਾ ਕਰਮਜੀਤ ਕੌਰ ਜਲੰਧਰ ਜਿਹੜੀ ਪਿੱਛੇ ਇਲੈਕਸ਼ਨ ਲੜੀ ਤੀ, ਚੌਧਰੀ ਸੰਤੋਖ ਸਿੰਘ ਦੀ ਵਾਈਫ, ਜਿਹੜਾ ਯਾਤਰਾ ਕਾਂਗਰਸ ਦੀ ਯਾਤਰਾ, ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਜਿਹਨੂੰ ਅਟੈਕ ਹੋਇਆ ਮਾਰਿਆ ਗਿਆ, ਚਾਹੀਦਾ ਤਾਂ ਉਹਨੂੰ ਸੀ, ਕਾਂਗਰਸ ਉਹਨੂੰ ਸ਼ਹੀਦ ਦਾ ਦਰਜਾ ਦਿੰਦੀ, ਪਾਰਟੀ ਲਈ, ਪਾਰਟੀ ਦੇ ਸੰਘਰਸ਼ 'ਚ ਮਰਿਆ ਨਾ, ਉਹਨੂੰ ਅਵਾਰਡ ਇਹੋ ਜਿਹਾ ਦੇ ਦਿੱਤਾ ਵੀ ਉਹਦੀ ਘਰਵਾਲੀ ਨੂੰ ਟਿਕਟ ਤੱਕ ਮਨੀ ਦਿੱਤਾ, ਕਿਉਂ ਬਈ? ਇਹ ਇੱਧਰੋਂ ਲਿਜਾ ਕੇ ਚੰਨੀ ਨੂੰ ਕਿਤੇ ਹੋਰ ਦੇ ਦਿੰਦੇ, ਜੇ ਇੰਨਾ ਹੀ ਤੁਹਾਡਾ ਬਹੁਤਾ ਨੇੜੇ ਦਾ ਸੰਬੰਧ ਨੇ, ਹੈ ਜਿਹੜਾ ਆਪ 3-4 ਪਾਰਟੀਆਂ ਬਦਲ ਕੇ ਆਇਆ, ਉਹ ਵੀ 3-4 ਪਾਰਟੀਆਂ ਬਦਲ ਕੇ ਆਇਆ ਹੋਇਆ ਹੈ। ਇਸ ਕਰਕੇ ਕਾਂਗਰਸ ਜਿਹੜੇ ਟਰੈਡੀਸ਼ਨਲ ਇੱਕ ਸਾਜ਼ਿਸ਼ ਦੇ ਤਹਿਤ, ਜਿਹੜੇ ਟਰੈਡੀਸ਼ਨਲ ਕਾਂਗਰਸ ਫੈਮਿਲੀ ਹੈ, SC ਔਰ ਨੌਨ SC, SC ਤਾਂ ਸਾਰੀ ਖਤਮ ਕਰਤੇ, ਬਿਨਾਂ ਚੰਨੀ ਤੋਂ ਮੇਰਾ ਖਿਆਲ ਹੈ ਹਾਈਕਮਾਨ ਨੂੰ ਕੋਈ ਚੰਗਾ ਨਹੀਂ ਲੱਗਦਾ, ਜਿਹੜੇ ਜਿਹੜੇ ਟਰੈਡੀਸ਼ਨਲ ਨੇ, ਇਹ ਤਾਂ 12 ਚ ਜੁਆਇਨ ਕੀਤੇ ਨੇ ਕਾਂਗਰਸ। ਕੀ ਲੱਗਦਾ ਕਿ ਇਹਦਾ ਨੁਕਸਾਨ ਹੁਣ ਚੱਲਣਾ ਪੈ ਸਕਦਾ ਲੋਕ ਸਭਾ ਚੋਣਾਂ 'ਚ? ਨਹੀਂ, ਮੈਂ ਜਿਹੜੀ ਗੱਲ ਕਰਦਾ, ਤੁਸੀਂ ਚੰਨੀ ਨੂੰ ਦੇਣਾ ਸੀ ਕਿਤੇ ਹੋਰ ਦੇ ਦਿੰਦੇ, ਜੇ ਇੰਨਾ ਹੀ ਚੰਨੀ ਦਾ ਸਾਨੂੰ ਇਹ ਲੱਗਦਾ ਵੀ ਇਹ SC-ਆਂ 'ਚ ਤੁਸੀਂ ਉਹਨਾਂ ਨੂੰ SC-M ਪ੍ਰੋਜੈਕਟ ਕੀਤਾ, ਦੋਨਾਂ ਸੀਟਾਂ 'ਚੋਂ ਹਾਰੇ, ਕਿਉਂ ਹਾਰੇ? ਜਿਹੜਾ ਬੰਦਾ ਮੁੱਖ ਮੰਤਰੀ ਹੁੰਦੇ ਆ, ਦੋਨਾਂ ਸੀਟਾਂ ਤੋਂ ਹਾਰਦਾ, ਜਮਾਤ ਵੀ ਜ਼ਬਤ ਹੁੰਦੀ ਹੈ, ਕੋਈ ਖਾਸ ਉਹਦੇ 'ਚ ਕੋਈ ਗੁਣ ਨੇ ਜਿਹਦੇ ਕਰਕੇ ਉਹਨੂੰ
ਮੂੰਹ ਜਿੱਥੋਂ ਸੀਟ ਮੰਗਦਾ ਦੇ ਦਿੰਦੇ ਨੇ, ਬਾਕੀਆਂ ਨੂੰ ਡੀ 'ਚ ਬਣਨ ਹੀ ਨਹੀਂ ਦਿੰਦੇ। ਇੱਕ ਸਾਜ਼ਿਸ਼ ਦੇ ਤਹਿਤ ਜਿਹੜੀ ਪਾਪੂਲਰ ਸ਼ਡਿਊਲ ਕਾਸਟ ਲੀਡਰਸ਼ਿਪ ਹੈ ਉਹ ਖਤਮ ਕੀਤੀ ਆ। ਪੰਜਾਬ 'ਚ ਹਿੰਦੂ ਲੀਡਰਸ਼ਿਪ ਵੀ ਖਤਮ ਹੈ, ਪੰਜਾਬ 'ਚ ਓ ਬੀ ਸੀ ਲੀਡਰਸ਼ਿਪ ਵੀ ਖਤਮ ਹੈ, ਪੰਜਾਬ 'ਚ ਐੱਸ ਸੀ ਲੀਡਰਸ਼ਿਪ ਵੀ ਖਤਮ ਹੈ। ਇਹ ਇਹ ਮੈਂ ਤਾਂ ਕਹਿਣਾ ਇਹ ਬੈਲੈਂਸ ਬਣਾਉਣਾ ਚਾਹੀਦਾ ਸੀ ਹਾਈਕਮਾਂਡ ਕਿ ਸਾਰੇ ਫਿਰਕਿਆਂ ਨੂੰ ਬਰਾਬਰ ਰੱਖਦੇ। ਐੱਸ ਸੀ ਬੀ ਸੀ ਪਾਪ ਮਜੋਰਟੀ ਹੈ, ਹਿੰਦੂ ਜੀ ਵੀ ਮਜੋਰਟੀ ਹੈ। ਹਜੀ ਦੱਸੋ ਕਿਹੜੀ ਹਿੰਦੂ ਸੀਟ ਕੀ ਇੱਕ ਸੰਗਰੂਰ ਤੋਂ ਲਿਆ ਕੇ ਬਿਜੇਂਦਰ ਸਿੰਗਲਾ ਦੇ ਤੇ, ਹਜੀ ਪਟਿਆਲੇ ਤੋਂ ਡਾਕਟਰ ਸਾਹਿਬ ਬਾਹਰੋਂ ਲਿਆਂਦੇ ਗਏ ਨੇ, ਦੂਸਰੀਆਂ ਪਾਰਟੀਆਂ 'ਚੋਂ ਆਏ ਨੇ। ਹਿੰਦੂ ਲੀਡਰਸ਼ਿਪ ਕਿੱਥੇ ਆ ਵੀ ਪੰਜਾਬ 'ਚ? ਐਸੀਆਂ ਦੀ ਤਾਂ ਵੀ ਰਿਜ਼ਰਵ ਨੇ ਸੀਟਾਂ, ਕਿਸੇ ਹੋਰ ਨੂੰ ਨਹੀਂ। ਉਹਦੇ 'ਚ ਵੀ ਜਿਹੜੇ ਜੀ ਹੁਸ਼ਿਆਰਪੁਰ ਤੋਂ ਦਿੱਤਾ ਜਿਹਨੂੰ, ਉਹ 14 'ਚ ਆਪ ਵੱਲੋਂ ਇਲੈਕਸ਼ਨ ਲੜੀ ਦੀ ਬੀਬੀ ਹਾਂਜੀ, ਔਰ ਉਹਦੇ ਬਾਅਦ 16 'ਚ ਉਹ ਪਾਰਟੀ 'ਚ ਡਿਫਰੈਂਸ ਹੋਏ, ਉਹਨੂੰ ਕੱਢਿਆ ਗਿਆ ਪਾਰਟੀ 'ਚੋਂ, ਕਾਂਗਰਸ ਜੁਆਇਨ ਕਰਤੀ। ਕਾਂਗਰਸ ਤੋਂ ਬਹੁਤ ਐਕਟਿਵ ਨਹੀਂ ਸੀਗੀ, ਘਰ ਬੈਠੀ ਸੀ ਉਹ। ਗਰੋਵਰ ਹੈ ਉਹਦਾ ਨਾਂ, ਕੁੜੀ ਦਾ ਨਾਂ ਉਹ। ਅੱਛਾ, ਉਹ ਘਰੇਲੂ ਹਾਊਸ ਵਾਈਫ ਹੈ, ਪਾਰਟੀ 'ਚ ਐਕਟਿਵ ਕੋਈ ਨਹੀਂ। ਉਹਨੂੰ ਟਿਕਟ ਦਿੱਤੀ। ਜਿਹੜੀ ਫਰੀਦਕੋਟ ਹੈ ਇਹ ਅਕਾਲੀ ਦਲ 'ਚੋਂ ਆਈ ਹੋਈ ਹੈ ਬੀਬੀ, ਇਹ 17 ਦੇ ਵਿੱਚ ਜਗਰਾਉਂ ਤੋਂ ਕੌਣ ਲੜੀ ਤੀ ਅਕਾਲੀ ਦਲ ਤੇ, ਅਕਾਲੀ ਦਲ ਦੇ ਟਿਕਟ 'ਤੇ ਇਹ ਹਾਰ ਗਈ ਸੀ। ਹਾਰ ਕੇ ਫਿਰ ਅਮਰੀਕਾ ਚਲੀ ਗਈ। ਇਹਦੇ 'ਤੇ ਇੰਨੇ ਕਿਰਪਾਲੂ ਨੇ, ਇਹ ਜਾਣੀ 22 ਦੇ ਵਿੱਚ ਇਹਦਾ ਘਰਵਾਲਾ ਸਰਦਾਰ ਭੁਪਿੰਦਰ ਸਿੰਘ ਸਾਹੋ ਉਹਨੂੰ ਨਿਹਾਲ ਸਿੰਘ ਵਾਲਾ ਤੋਂ ਟਿਕਟ ਦਿੱਤਾ, ਜਿਹੜਾ ਕਿ ਪੁਲਿਸ ਦੇ ਵਿੱਚੋਂ ਡਿਸਮਿਸ ਕੀਤਾ ਹੋਇਆ ਸੀ ਕਰਪਸ਼ਨ ਦੇ ਕੇਸ 'ਚ। ਉਹ ਬੰਦਾ ਕਿਉਂਕਿ ਉਹ ਇਹ ਜਿਹੜੀ ਇਹ ਸਾਹੋ ਕੇ ਹੈ ਕਿਸੇ ਸਾਡੇ ਪਾਰਟੀ ਦੇ ਲੀਡਰ ਦੇ ਬਹੁਤੇ ਇੱਕ ਨੇੜੇ ਤਾਂ ਹੈ ਦੇ ਸੰਬੰਧ ਵੀ ਹੈ, ਉਹਦਾ ਬੈਨੀਫਿਟ ਵੀ ਦਿੱਤਾ, ਘਰ ਵਾਲੇ ਨੂੰ ਟਿਕਟ ਦੇ ਦਿੱਤਾ, ਹੁਣ ਇਹਨਾਂ ਨੂੰ ਦੇ ਦਿੱਤਾ, ਰਹਿੰਦੀ ਉੱਥੇ ਹੈ USA 'ਚ ਹੈ। ਜਦੋਂ ਇਹੋ ਜਿਹੇ ਹਾਲਾਤ ਹੋ ਜਾਣ, ਉੱਥੇ ਗੁਰਦਰਸ਼ਨ ਕੌਰ ਬੀਬੀ ਸੀ ਇੱਕ ਜਿਹੜੀ ਪਿਛਲੇ 25 ਤੋਂ ਕਾਂਗਰਸ ਦਾ ਕੰਮ ਕਰਦੀ, ਉਹਦਾ ਮੁੰਡਾ ਡਿੰਪਲ ਹੈ, ਯੂਥ ਕਾਂਗਰਸ ਦਾ ਵੀ ਪ੍ਰਧਾਨ ਰਿਹਾ, ਸਾਰੀ ਉਮਰ ਉਹ ਮਿਹਨਤ ਕਰਦੇ ਰਹਿ ਗਏ। ਹੈ ਜੀ, ਜਦੋਂ ਮੌਕਾ ਆਇਆ ਤਾਂ ਇਹ ਬਾਹਰੋਂ ਜਿਹੜੇ ਕਹਿੰਦੇ ਨੇ ਮੌਸਮੀ ਪੰਛੀ ਆ ਗਏ, ਮੌਸਮੀ ਨੇ ਜਿਹੜੇ ਦਲ ਬਦਲ ਹੁੰਦੇ ਨੇ, ਮੌਸਮੀ ਹੈ, ਅੱਜ ਕਿਤੇ ਕੱਲ੍ਹ ਕਿਤੇ ਪਰਸੋਂ ਕਿਤੇ। ਦੁੱਲੂ ਸਾਹਿਬ, ਜਿਸ ਤਰ੍ਹਾਂ ਹੁਣ ਤੁਸੀਂ ਵੀ ਅਤੇ ਨਵਜੋਤ ਸਿੰਘ ਸਿੱਧੂ ਕਹਿ ਲਓ ਕਿ ਪਾਰਟੀ ਦੇ ਵੱਡੇ ਚਿਹਰੇ ਨੇ, ਲੋਕ ਸਭਾ ਚੋਣਾਂ 'ਚ ਪ੍ਰਚਾਰ ਨਹੀਂ ਕਰ ਰਹੇ, ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਆਪਣਾ ਰੋਸ ਜ਼ਾਹਰ ਕਰੋਗੇ ਜਾਂ ਫਿਰ ਪਾਰਟੀ ਲਈ ਕੋਈ ਕਿਤੇ? ਨਹੀਂ, ਅਜੇ ਬਹੁਤ ਟਾਈਮ ਪਿਆ। ਦੇਖੋ, ਇਹ ਰਿਵਿਊ ਕਰਨ ਸੀ ਟਿਕਟਾਂ, ਰਿਵਿਊ ਕਰਨ ਕਿਆ ਉਹਨਾਂ ਨੂੰ ਪਤਾ ਨਹੀਂ ਰਿਪੋਰਟਾਂ ਵੀ ਇਹ ਸੀਟਾਂ ਹਾਰ ਰਹੀਆਂ ਸਾਡੀਆਂ? ਰਿਵਿਊ ਕਿਉਂ ਨਹੀਂ ਕਰਦੇ? ਕਿਸੇ ਟਰੈਡੀਸ਼ਨਲ ਕਾਂਗਰਸਮੈਨ ਨੂੰ ਦੇਣ ਜਿਹੜਾ ਜਿੱਤ ਸਕਦਾ, ਦਲ ਬਦਲੂਆਂ ਨੂੰ ਸਾਡੇ ਸਿਰਾਂ 'ਤੇ ਪਾਉਣਾ,
ਤੇ ਆਖਰੀ ਸਵਾਲ ਹੈ ਜਿਹੜਾ ਲੋਕ ਚਰਚਾਵਾਂ ਵੀ ਫੈਲਾ ਰਹੇ ਨੇ ਕਿ ਜੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਨਾਲ ਦੇ ਦੂਲੋ ਸਾਹਿਬ ਜਾਂ ਕੋਈ ਹੋਰ ਸਾਥੀ ਭਾਜਪਾ ਦੇ ਸੰਪਰਕ 'ਚ, ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ? ਜਿਹੋ ਜਿਹੀ ਬੰਦੇ ਦੀ ਸੋਚ ਹੈ ਉਹ ਜੀ ਗੱਲ ਕਰ ਲੈਂਦਾ ਅਗਲਾ, ਕਿਉਂਕਿ ਮੌਸਮ ਹੈ। ਕਿਸੇ ਟਾਈਮ ਹਰਿਆਣਾ ਬਦਨਾਮ ਹੁੰਦਾ ਸੀ, ਆਇਆ ਆਰਾਮ ਗਿਆ ਆਰਾਮ 'ਚ, ਅੱਜ ਬਦਨਾਮ ਪੰਜਾਬ ਬਦਨਾਮ ਹੋ ਗਿਆ। ਸਾਡੀ ਪਾਰਟੀ ਨਹੀਂ, ਸਾਡੀ ਪਾਰਟੀ ਨੂੰ ਮੇਰੀ ਵਿਸ਼ਵਾਸ ਰਿਹਾ ਟ੍ਰੈਡੀਸ਼ਨਲ ਵੋਟ ਲੀਡਰਸ਼ਿਪ 'ਤੇ, ਟ੍ਰੈਡੀਸ਼ਨਲ ਵਰਕਰ 'ਤੇ। ਵਰਕਰ ਨਹੀਂ ਪਾਰਟੀਆਂ ਨੂੰ ਲੱਭਣੇ, ਬੀਜੇਪੀ ਵਾਲੇ ਵੀ ਲੱਭਦੇ ਫਿਰਦੇ ਨੇ, ਹੈਂ ਉਹ ਵੀ ਦੇਖ ਰਹੇ ਨੇ ਆਪ ਵਾਲਿਆਂ ਨੂੰ ਵੀ। ਕਿਸੇ ਕਿਸੇ ਪਾਰਟੀ ਦਾ ਹਾਲ ਤਾਂ ਦੱਸੋ, ਆਪ ਵਾਲਿਆਂ ਨੇ ਵੀ ਮੰਤਰੀ, ਉਹਨਾਂ ਕੋਲ ਕੈਂਡੀਡੇਟ ਹੀ ਕੀ ਹੈ? ਉਹ ਤਾਂ ਇੱਕ ਉਹਨਾਂ ਦਾ ਦਾਅ ਭਰ ਗਿਆ ਕੋਈ ਸਮਾਂ ਸੀ। ਜੇ ਸਾਡੇ ਵਾਲਿਆਂ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਆਪ ਵਾਲੇ ਕਾਹਨੂੰ ਆਉਂਦੇ? ਬੀਜੇਪੀ ਪਾਰਟੀਆਂ ਦਾ ਸਾਰੀਆਂ ਦਾ ਬੁਰਾ ਹਾਲ ਹੈ, ਇਹਨਾਂ ਨੂੰ ਭਰੋਸਾ ਹੀ ਨਹੀਂ ਆਪਣਿਆਂ 'ਤੇ। ਜਿਹੜੇ ਪਿਛਲੇ ਜ਼ਮਾਨੇ 'ਚ ਕਹਿੰਦਾ ਆਪ ਵਾਲੀ ਟੋਪੀ ਲੀ ਫਿਰਦੇ ਤੇ, ਅੱਜ ਜਿਹੜੇ ਹੋਰ ਨੇ ਮੌਕਾ ਪ੍ਰਸਤ ਨੇ ਉਹ ਮੂਹਰੇ ਨੇ, ਜਿਹੜੇ ਟੋਪੀਆਂ ਲਈ ਫਿਰਦੇ ਤੇ ਉਹ ਪਿੱਛੇ ਫਿਰਦੇ ਨੇ। ਇਹੀ ਹਾਲ ਸਾਡੀ ਬੀਜੇਪੀ 'ਚ ਹੈ। ਬੀਜੇਪੀ ਦੇ ਕਿਸੇ ਲੀਡਰ ਨੂੰ ਮੈਨੂੰ ਦੱਸੋ, ਸਾਰੀਆਂ ਸੀਟਾਂ ਤਾਂ ਜਿਹੜੀਆਂ ਬੀਜੇਪੀ ਵੀ ਦੇ ਰਹੀ ਹੈ ਉਹ ਵੀ ਦਲ ਬਦਲੂਆਂ ਨੂੰ ਦੇ ਰਹੀ ਹੈ, ਜਾਂ ਤਾਂ ਰੇਸ ਲੱਗੀ ਹੋਈ ਹੈ। ਆਪ ਵਾਲੀ ਬੀਜੇਪੀ ਸਾਡੇ ਵਾਲੀ ਵੀ ਉਹੀ ਕੰਮ ਕਰਨ ਲੱਗ ਗਏ। ਇਸ ਲਈ ਪਰਮਾਤਮਾ, ਜੇ ਕਾਂਗਰਸ ਨੂੰ ਬਚਾਉਣਾ, ਕਾਂਗਰਸ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ 'ਚ ਹੈਗੀ, ਲੋਕ ਪਿਆਰ ਕਰਦੇ ਨੇ ਕਾਂਗਰਸ ਨੂੰ, ਐਸੀ ਗੱਲ ਨਹੀਂ ਹੈ, ਅੱਜ ਵੀ ਬੈਠੇ ਨੇ। ਜੇ ਲੀਡਰਸ਼ਿਪ ਦਿੱਲੀ ਵਾਲੀ ਸੰਸੀਅਰ ਹੈ, ਔਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ, ਕਸੂਰ ਮੈਂ ਇਹਨਾਂ ਨੂੰ ਕਹੂੰਗਾ, ਇਹਨਾਂ ਨੂੰ ਪੰਜਾਬ ਦਾ ਪੱਖ ਜਿਹੜਾ, ਪੰਜਾਬ ਦੀ ਅਸਲੀਅਤ, ਜਾਂ ਤਾਂ ਇਹ ਸਰੈਂਡਰ ਕਰ ਗਏ ਦਿੱਲੀ ਵਾਲਿਆਂ ਕੋਲ, ਕਿਉਂਕਿ ਸਾਰੇ ਡਿਸੀਜਨ ਤਾਂ ਦਿੱਲੀ ਹੀ ਹੁੰਦੇ ਨੇ। ਇਹਨਾਂ ਨੂੰ ਵਕਾਲਤ ਕਰਨੀ ਚਾਹੀਦੀ ਸੀ ਟ੍ਰੈਡੀਸ਼ਨਲ ਕਾਂਗਰਸਮੈਨ ਦੀ, ਉਹਨਾਂ ਦੇ, ਕਿਉਂਕਿ ਇਹ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਵੀ ਨਹੀਂ ਚਾਹੀਦਾ ਕਿ ਅਸੀਂ ਉਹ ਟੀਚ ਰਹੀਏ। ਜਿੰਨਾ ਤੱਕ ਕੋਲੈਕਟਿਵ ਲੀਡਰਸ਼ਿਪ ਇਕੱਠੀ ਹੋ ਕੇ ਲੜੂਗੀ ਨਹੀਂ, ਜੇ ਇਸੇ ਤਰ੍ਹਾਂ ਡੀ ਚੋਂ ਬਾਹਰ ਕੱਢਦੇ ਗਏ ਲੀਡਰਾਂ ਨੂੰ, ਤਾਂ ਕਾਂਗਰਸ ਦਾ ਭਾਰ ਬੁਰਾ ਹਾਲ ਹੋਇਆ ਹੋਇਆ, ਪੰਜਾਬ 'ਚ ਨਹੀਂ ਸਾਰੇ ਮੁਲਕ 'ਚ ਹੋਇਆ ਹੋਇਆ। ਇਸ ਲਈ ਜੇ ਕਾਂਗਰਸ ਬਚਾਉਣੀ ਹੈ, ਪੰਜਾਬ 'ਚ ਲੋਕ ਚਾਹੁੰਦੇ ਨੇ ਔਰ ਗੱਲਾਂ ਕਰਦੇ ਨੇ ਵੀ ਡੇਢ ਟਿਕਟਾਂ ਦੀ ਵੰਡ ਗਲਤ ਹੋਈ ਹੈ, ਸਾਨੂੰ ਬਹੁਤ ਲੋਕਾਂ ਨੇ ਗਿਆ ਹੈ ਜੀ, ਅਤੇ ਇਹ ਜਿਹੜੇ ਉੜਤੇ ਪੰਛੀ ਹੈਗਾ ਨਾ, ਜਿਹੜੇ ਤਿੰਨ ਤਿੰਨ ਬਦਲੀਆਂ ਪਾਰਟੀਆਂ, ਉਹਨਾਂ 'ਤੇ ਭਰੋਸਾ ਕਿਉਂ ਕਰਦੇ ਹੋ? ਇਹੀ ਹੈ ਵੀ ਉਹ ਖਰਚਾ ਕਰਨ ਦੇ ਕਾਬਲ ਨੇ? ਜਿਹੜਾ ਵਰਕਰ ਹੈ, ਵਰਕਰ ਜਿਹੜਾ ਟ੍ਰੈਡੀਸ਼ਨਲ ਵਰਕਰ ਹੈ, ਉਹ ਠੀਕ ਹੈ ਪੈਸੇ ਨਹੀਂ ਖਰਚ ਸਕਦਾ ਇਲੈਕਸ਼ਨ ਦੇ, ਪਰ ਲੋਕਾਂ ਦਾ ਜਜ਼ਬਾ ਤਾਂ ਉਹਨਾਂ ਦੇ ਨਾਲ ਹੈ। ਕਈ ਵਾਰੀ ਇਹੋ ਜਿਹੀ ਗੱਲ ਹੁੰਦੀ ਹੈ, ਲੋਕ ਲੜਾਉਂਦੇ ਹੁੰਦੇ ਨੇ, ਅਸੀਂ ਲੜਦੇ ਰਹੇ ਹਾਂ, ਸਾਨੂੰ ਲੋਕ ਲੜਾਉਂਦੇ ਰਹੇ ਹੈ, ਅੱਗੇ ਪੈਸਿਆਂ ਕੰਸਿਡਰੇਸ਼ਨ ਨਹੀਂ ਸੀ ਹੁੰਦੀ ਇਲੈਕਸ਼ਨ ਲੜਨ 'ਚ, ਅੱਗੇ ਨਹੀਂ ਸੀ, ਅੱਗੇ ਸੀਨੀਓਰਿਟੀ ਦੇਖੀ ਜਾਂਦੀ ਸੀ ਵੀ ਕਾਂਗਰਸ 'ਚ ਕਿੰਨੇ ਸਾਲ ਕੰਮ ਕੀਤਾ, ਲੋਕ ਚਾਹੁੰਦੇ ਨੇ। ਹੁਣ ਆ ਜਿਹੜਾ ਸਰਵੇ ਦੀ, ਇਹ ਵੀ ਪਿੱਕ ਐਂਡ ਚੂਜ ਹੈ, ਕਿਸੇ ਨੂੰ ਵੱਢਣਾ ਹੁਣ ਤਾਂ ਕਹਿੰਦੇ ਤੇਰੇ ਖਿਲਾਫ ਸਰਵੇ ਹੈ, ਹਜੇ ਤੈਨੂੰ ਹਲਕਾ ਇੰਚਾਰਜ ਨਹੀਂ ਕਹਿੰਦੇ, ਅੱਧੇ ਹਲਕਾ ਇੰਚਾਰਜਾਂ 'ਚ ਤਾਂ ਰੌਲਾ ਪਿਆ ਹੋਇਆ ਵੀ ਸਾਨੂੰ ਤਾਂ ਪੁੱਛੀਏ ਹੈ ਜੀ। ਇਸ ਕਰਕੇ ਲੀਡਰਾਂ ਦੀ ਆਪਣੀ ਲਾਈਕਿੰਗ ਹੈ,
ਜਿਹੜਾ ਵੱਧ ਚਮਚਾਗਿਰੀ ਕਰਦਾ ਇਹ ਤਾਂ ਬਾਕੀ ਤਾਂ ਫਤਵਾ ਤਾਂ ਹੁਣ ਲੋਕ ਦੇਣਗੇ। ਇਸ ਕਰਕੇ ਮੇਰੀ ਅਪੀਲ ਹੈ ਹਾਈਕਮਾਂਡ ਨੂੰ, ਕਾਂਗਰਸ ਵੱਲੋਂ, ਵਰਕਰਾਂ ਦੀ, ਮੇਰੀ ਆਵਾਜ਼ ਵਰਕਰਾਂ ਦੀ ਹੈ, ਕਿਉਂਕਿ ਮੈਨੂੰ ਵੀ 60 ਸਾਲ ਹੋ ਗਏ ਕਾਂਗਰਸ 'ਚ, 15 ਸਾਲ ਦੀ ਉਮਰ 'ਚ ਕਾਂਗਰਸ 'ਚ ਕੰਮ ਕਰਦਾ। ਮੈਂ ਉਹਨਾਂ ਦੀਆਂ ਭਾਵਨਾਵਾਂ ਪਹੁੰਚਾਈਆਂ, ਸੋਨੀਆ ਗਾਂਧੀ ਕਹੋ, ਖੜਗੇ ਜੀ ਕਹੋ, ਰਾਹੁਲ ਜੀ ਕਹੋ, ਹੈ ਜੀ ਵੈਣੂਗੋਪਾਲ ਪੰਜਾਬ ਦਾ ਇੰਚਾਰਜ, ਉਹਨੂੰ ਮਿਲ ਕੇ ਵੀ ਦੱਸਿਆ। ਜੇ ਫਿਰ ਵੀ ਉਹਨਾਂ ਨੂੰ ਇਹ, ਮੈਂ ਤਾਂ ਇੱਕ ਗੱਲ ਕਹੀ ਹੈ, ਜੇ ਸੰਸੀਅਰ ਹੋ ਪੰਜਾਬ 'ਚ ਕਾਂਗਰਸ ਬਚਾਉਣੀ ਹੈ ਤਾਂ ਤੁਹਾਨੂੰ ਇਹ ਆਪਰੇਸ਼ਨ ਕਰਨਾ ਪਊਗਾ।